ਅਸੀਕਾਲ ਜੀ, ਤੁਸੀਂ ਸਾਰਿਆਂ ਨੇ ਦੇਖਿਆ ਸੋਸ਼ਲ ਮੀਡੀਆ ਦੇ ਉੱਤੇ ਬੜਾ ਰੌਲਾ ਪੈ ਰਿਹਾ। ਇੱਕ ਗਾਉਣ ਵਾਲੀ ਬੀਬੀ ਇਲਜ਼ਾਮ ਲਾ ਰਹੀ ਹੈ ਕਿ ਲੱਖੇ ਸਧਾਣੇ ਨੇ ਸਾਡੇ ਘਰੇ ਗੋਲੀਆਂ ਚਲਾ ਤੀਆਂ। ਲੱਖੇ ਤੇ ਇਲਜ਼ਾਮ ਲੱਗਣਾ ਨਵੀਂ ਗੱਲ ਨਹੀਂ। ਲੱਖੇ ਤੇ ਇਲਜ਼ਾਮ ਬਹੁਤ ਸਮੇਂ ਤੋਂ ਲੱਗਦੇ ਆ ਰਹੇ ਆ। ਜਦੋਂ ਤੋਂ ਲੱਖਾ ਪੰਜਾਬ ਲਈ ਲੜਨਾ ਸ਼ੁਰੂ ਹੋਇਆ, ਜਦੋਂ ਤੋਂ ਲੱਖੇ ਨੇ ਪੰਜਾਬ ਦੇ ਹੱਕਾਂ ਦੀ ਆਵਾਜ਼ ਬੁਲੰਦ ਕੀਤੀ ਹੈ, ਜਦੋਂ ਤੋਂ ਲੱਖਾ ਇਸ ਕਿਸਾਨੀ ਅੰਦੋਲਨ ਨਾਲ ਜੁੜਿਆ, ਲੱਖੇ ਨੂੰ ਤਰ੍ਹਾਂ ਤਰ੍ਹਾਂ ਦੇ ਫਤਵੇ ਦਿੱਤੇ ਗਏ, ਜਾਰੀ ਕੀਤੇ ਗਏ, ਬਦਨਾਮ ਕੀਤਾ ਗਿਆ, ਸੋਸ਼ਲ ਮੀਡੀਆ ਦੁਆਰਾ ਬਦਨਾਮ ਕੀਤਾ ਗਿਆ। ਕਦੇ ਕੋਈ ਇਲਜ਼ਾਮ ਲਾ ਕੇ ਤੇ ਕਦੇ ਕੋਈ ਇਲਜ਼ਾਮ ਲਾ ਕੇ, ਇਹ ਤੁਸੀਂ ਵੀ ਸਾਰੇ ਸਮੇਂ ਸਮੇਂ ਤੇ ਦੇਖਦੇ ਰਹੇ ਹਾਂ। ਹੁਣ ਇੱਕ ਨਵਾਂ ਇਲਜ਼ਾਮ ਬੀਬਾ ਵੱਲੋਂ ਮੜ ਦਿੱਤਾ ਗਿਆ ਕਿ ਲੱਖੇ ਨੇ ਸਾਡੇ ਘਰੇ ਗੋਲੀਆਂ ਚਲਾਤੀਆਂ। 26 ਜਨਵਰੀ ਨੂੰ ਮੇਰੇ ਖਿਲਾਫ਼ ਬੜੇ ਤੁਹਾਨੂੰ ਪਤਾ ਸਰਟੀਫਿਕੇਟ ਵੰਡੇ ਗਏ ਸੀ ਕਿ ਲੱਖੇ ਨੇ ਉਹਨਾਂ ਦੇ ਗੋਲੀਆਂ ਚਲਾਤੀਆਂ। ਲੱਖੇ ਦੇ ਖਿਲਾਫ਼ ਮਿਥ ਕੇ ਕਈ ਬੰਦਿਆਂ ਨੇ ਏਜੰਡੇ ਚਲਾਏ ਕਿ ਲੱਖੇ ਨੇ ਉਹਨਾਂ ਦੇ ਖਿਲਾਫ਼ ਗੋਲੀਆਂ ਚਲਾਤੀਆਂ। ਲੱਖੇ ਨੂੰ ਨਿਸ਼ਾਨਾ ਬਣਾਉਣਾ ਇਸ ਗੱਲੋਂ ਵੀ ਸੌਖਾ, ਕਿਉਂਕਿ ਲੱਖੇ ਦਾ ਬੈਕਗ੍ਰਾਊਂਡ, ਲੱਖੇ ਦਾ ਪਿਛੋਕੜ ਉਸ ਲਾਈਨ ਨਾਲ ਜੁੜਦਾ ਹੈ ਕਿ ਲੱਖੇ ਨੂੰ ਬਦਨਾਮ ਕੀਤਾ ਜਾ ਸਕਦਾ ਇਸ ਗੱਲੋਂ। ਇਹ ਕੌਣ ਤਾਕਤਾਂ ਨੇ, ਇਹ ਕਿਹੜੀਆਂ ਤਾਕਤਾਂ ਨੇ, ਇਹ ਕਿਹੜੀਆਂ ਧਿਰਾਂ ਨੇ ਜਿਹੜੀਆਂ ਲਗਾਤਾਰ ਲੱਖੇ ਦੇ ਖਿਲਾਫ਼ ਇਹ ਪ੍ਰਾਪੇਗੰਡਾ ਕਰ ਰਹੀਆਂ ਨੇ। ਜਦੋਂ ਤੋਂ ਅਸੀਂ ਹੁਣ ਚੋਣ ਮੈਦਾਨ ਦੇ ਵਿੱਚ ਉਤਰਨ ਦੀ ਗੱਲ ਕੀਤੀ ਆ, ਉਸ ਦਿਨ ਤੋਂ ਲੈ ਕੇ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਇਹ ਦੱਸਿਆ, ਵੱਖ ਵੱਖ ਇੰਟਰਵਿਊ ਦੇ ਵਿੱਚ ਮੈਂ ਬੋਲਿਆ, ਤੁਸੀਂ ਸੁਣਿਆ ਹੋਣਾ, ਕਿ ਹੋ ਸਕਦਾ ਵੋਟਾਂ ਦੌਰਾਨ ਆ ਕੇ ਵੋਟਾਂ ਦੇ ਨੇੜੇ ਆ ਕੇ ਮੈਨੂੰ ਚੱਕ ਕੇ ਦਸਟ ਦਿੱਤਾ ਜਾਵੇ, ਜਾਂ ਹੋ ਸਕਦਾ ਮੇਰੇ ਤੋਂ ਵੀ ਹਮਲਾ ਕਰਾ ਦਿੱਤਾ ਜਾਵੇ। ਇਹ ਮੈਂ ਪਹਿਲਾਂ ਵੀ ਬੋਲਿਆ, ਕਿਉਂਕਿ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਦੇ ਕਿ ਲੱਖਾਂ ਜੇ ਅੱਜ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ, ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ, ਲੱਖਾਂ ਕੱਲ੍ਹ ਨੂੰ ਕਦੇ ਵਿਧਾਨ ਸਭਾ ਪਹੁੰਚ ਗਿਆ ਤਾਂ ਉੱਥੇ ਤਾਂ ਸਾਡੀਆਂ ਸਾਰੀਆਂ ਜਿਹੜੀਆਂ ਚੋਰੀਆਂ ਨੇ ਇਹ ਲੋਕਾਂ ਸਾਹਮਣੇ ਜਗ ਜ਼ਾਹਰ ਕਰ ਦੂਗਾ। ਸੋ ਇਹਨਾਂ ਦਾ ਸਾਰਾ ਜ਼ੋਰ ਲੱਗਿਆ, ਸਾਰੀਆਂ ਧਿਰਾਂ ਦਾ ਇਕੱਠਾ ਹੋ ਕੇ ਵੀ ਕਿਸੇ ਵੀ ਰੂਪ ਦੇ ਵਿੱਚ ਲੱਖੇ ਨੂੰ ਦੱਬਣਾ, ਲੱਖੇ ਦੀ ਆਵਾਜ਼ ਨੂੰ ਦੱਬ ਦੇਣਾ। ਪਰ ਮੈਂ ਪੰਜਾਬੀ ਇੱਕੋ ਗੱਲ ਤੁਹਾਨੂੰ ਪਹਿਲਾਂ ਵੀ ਕਹਿੰਦਾ ਆਇਆ, ਅੱਜ ਵੀ ਕਹਿੰਦਾ ਕਿ ਲੱਖੇ ਦੀ ਆਵਾਜ਼ ਐਂ ਨਹੀਂ ਦੱਬਣੀ। ਹਾਂ, ਜਿੱਦੇ ਵੈਸੇ ਚੁੱਪ ਹੋ ਗਈ, ਕੋਈ ਐਸਾ ਭਾਣਾ ਵਾਪਰ ਗਿਆ, ਉਹ ਗੱਲ ਅਲੱਗ ਹੈ, ਪਰ ਜਿੰਨਾ ਚਿਰ ਲੱਖੇ ਦੇ ਸਾਹ ਚੱਲਦੇ ਨੇ, ਲੱਖਾਂ ਪੰਜਾਬ ਤੇ ਪੰਜਾਬੀਅਤ ਲਈ ਆਪਣੀ ਜਾਨ ਵੀ ਕੁਰਬਾਨ ਕਰਨ ਨੂੰ ਤਿਆਰ। ਸੋ ਇਹ ਚਾਲਾਂ ਜਿਹੜੀਆਂ ਚੱਲੀਆਂ ਜਾ ਰਹੀਆਂ ਨੇ, ਮੈਂ ਤੁਹਾਨੂੰ ਮੁਖਾਤਬ ਇਸ ਕਰਕੇ ਹੋ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਥੇਰੀਆਂ ਚਾਲਾਂ ਹੈਗੀਆਂ ਚੱਲੀਆਂ ਜਾਣਗੀਆਂ ਮੇਰੇ ਖਿਲਾਫ਼, ਬਹੁਤ ਤਰ੍ਹਾਂ ਦੀਆਂ ਸਾਜ਼ਿਸ਼ਾਂ ਰਚੀਆਂ ਜਾਣਗੀਆਂ ਮੇਰੇ ਖਿਲਾਫ਼, ਕਿਉਂਕਿ ਅਗਲਿਆਂ ਨੇ ਸਾਮ ਦਾਮ ਦੰਡ ਭੇਦ ਸਾਰੇ ਢੰਗ ਤਰੀਕੇ ਬਣਾਉਣੇ ਨੇ। ਉਹਨਾਂ ਨੂੰ ਪਤਾ ਹੈ ਕਿ ਦਵਾਇਆ ਨਹੀਂ ਦੱਬਣਾ, ਲਾਲਚ ਦਿੱਤੇ ਸਾਡੇ ਨਾਲ ਨਹੀਂ ਆਉਣਾ, ਇਹਨੂੰ ਕਿਸ ਤਰੀਕੇ ਨਾਲ ਦੱਬਿਆ ਜਾਵੇ ਕਿ ਤੁਸੀਂ ਫੈਸਲਾ ਕਰਨਾ, ਤੁਹਾਨੂੰ ਵੀ ਪਤਾ ਹੈ ਕੌਣ ਲੋਕ ਨੇ, ਆਉਣ ਵਾਲੇ ਸਮੇਂ 'ਚ ਅਸੀਂ ਵੀ ਖੁਲਾਸੇ ਕਰਾਂਗੇ ਕੌਣ ਲੋਕ ਨੇ। ਸੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਇਹ ਜਾਂਚ ਦਾ ਵਿਸ਼ਾ ਹੈਗਾ, ਇਹਦੀ ਜਾਂਚ ਹੋਣੀ ਚਾਹੀਦੀ ਆ। ਮੇਰੇ ਤੇ ਪਹਿਲਾਂ ਵੀ ਪਰਚੇ ਹੋਏ, ਮੈਂ ਪਹਿਲਾਂ ਵੀ ਆਪਣੇ ਲੋਕਾਂ 'ਚ ਸੀ, ਮੇਰੇ ਤੇ ਹੁਣ ਵੀ ਪਰਚੇ ਹੋਣੇ, ਮੈਂ ਹੁਣ ਵੀ ਆਪਣੇ ਲੋਕਾਂ 'ਚ ਹੋਊਂਗਾ। ਜੇ ਸਰਕਾਰ ਮੈਨੂੰ ਫੜਨਾ ਚਾਹੁੰਦੀ ਹੈ, ਪੰਜਾਬ ਪੁਲਿਸ ਮੈਨੂੰ ਫੜਨਾ ਚਾਹੁੰਦੀ, ਜੀ ਸਦਕੇ ਫੜੇ, ਮੈਂ ਕਦੇ ਭੱਜਿਆ ਨਹੀਂ ਹੈਗਾ। ਪਰ ਮੈਂ ਗੱਲ ਕਹਿਣਾ ਚਾਹੁੰਦਾ, ਇਹ ਅੱਜ ਸੋਚਣ ਵਾਲੀ ਗੱਲ ਹੈ ਕਿ ਮੈਨੂੰ ਨਿਸ਼ਾਨਾ ਬਣਾ ਕੇ ਮੰਨ ਲਓ ਚੱਕ ਕੇ ਜੇਲ੍ਹ ਅੰਦਰ ਪਾ ਦਿੱਤਾ ਜਾਂਦਾ ਹੈ, ਤਾਂ ਭਰਾਵੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੀ ਬੰਦਾ ਸਾਡੇ ਪੰਜਾਬ ਦੀ ਆਵਾਜ਼ ਬੁਲੰਦ ਕਰੂਗਾ, ਸਾਡੇ ਪੰਜਾਬ ਦੇ ਹੱਕਾਂ ਦੀ ਗੱਲ ਕਰੂਗਾ, ਉਹਨੂੰ ਫਿਰ ਐਂ ਦੱਬ ਦਿੱਤਾ ਜਾਊਗਾ, ਐਂ ਖਤਮ ਕਰ ਦਿੱਤਾ ਜਾਊਗਾ। ਇਹ ਫੈਸਲਾ ਪੰਜਾਬ ਦੇ ਲੋਕਾਂ ਨੇ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।